ਦੇਸ਼ ਪ੍ਰਦੇਸਾਂ ਦੇ ਵਿੱਚ ਵਸ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਗੁਰਬਾਣੀ ਸਿੱਖੀਏ। ਇੱਕ ਵਾਰ ਫਿਰ ਤੋਂ ਇਹ ਪ੍ਰੋਗਰਾਮ ਲੈ ਕੇ ਦਾਸ ਆਪ ਸਮੂਹ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਧ ਸੰਗਤ ਅਸੀਂ ਗੱਲ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਹਿਜ ਪਾਠ ਸਾਨੂੰ ਕਿਵੇਂ ਪ੍ਰੰਭ ਕਰਨਾ ਚਾਹੀਦਾ ਹੈ, ਕਿਉਂਕਿ ਸਾਧ ਸੰਗਤ ਬਹੁਤ ਸਿੱਖ ਸੰਗਤਾਂ ਐਸੀਆਂ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਦਾ ਬਹੁਤ ਸ਼ੌਂਕ ਆ, ਜਿਨ੍ਹਾਂ ਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪ੍ਰਥਾ ਬਹੁਤ ਸ਼ਰਧਾ ਵਾ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਹ ਪਾਠ ਵੀ ਕਰ ਲੈਂਦੇ ਆ, ਪਰ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਕਿਵੇਂ ਆਰੰਭ ਕਰਨਾ ਚਾਹੀਦਾ ਵਾ, ਇਹਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਨਹੀਂ ਹੈ। ਸੋ ਅੱਜ ਦਾ ਸਤਸੰਗ ਦੇ ਪ੍ਰੋਗਰਾਮ ਵਿਸ਼ੇਸ਼ ਕਰਕੇ ਅਸੀਂ ਇਸੇ ਟੌਪਿਕ ਦੇ ਉੱਪਰ ਲੈ ਕੇ ਆਏ ਹਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਾਨੂੰ ਸਹਿਜ ਪਾਠ ਕਿਵੇਂ ਪ੍ਰੰਭ ਕਰਨਾ ਚਾਹੀਦਾ ਹੈ। ਸੋ ਆਓ ਅਸੀਂ ਸਿੱਖੀਏ, ਅਸੀਂ ਜਾਣੀਏ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਸੀਂ ਸਹਿਜ ਪਾਠ ਕਿਵੇਂ ਪ੍ਰੰਭ ਕਰ ਸਕਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਕਿਵੇਂ ਪ੍ਰੰਭ ਕਰ ਸਕਦੇ ਹਾਂ। ਇਹਨੂੰ ਜਾਣਨ ਤੋਂ ਪਹਿਲਾਂ ਇੱਕ ਮੈਂ ਜ਼ਰੂਰੀ ਬੇਨਤੀ ਸਤਸੰਗਤ ਆਪ ਜੀ ਦੇ ਚਰਨਾਂ ਦੇ ਵਿੱਚ ਕਰਨਾ ਚਾਹੁੰਦਾ ਹਾਂ। ਸੋ ਉਹ ਬੇਨਤੀ ਸਤਸੰਗਤ ਇਹ ਹੈ, ਸੋ ਸਤਸੰਗਤ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇੱਕ ਕਾਪੀ ਆ ਜੀ, ਇਹ ਕਾਪੀ ਕਾਹਦੀ ਆ ਜੀ, ਆਹ ਤੁਸੀਂ ਦੇਖ ਸਕਦੇ ਹੋ ਇਹ ਕਾਪੀ ਹੈ ਸਿੱਖ ਰਹਿਤ ਮਰਿਆਦਾ ਦੀ ਕਾਪੀ, ਸਿੱਖ ਰਹਿਤ ਮਰਿਆਦਾ ਦੀ ਕਾਪੀ। ਇਹ ਸਿੱਖ ਰਹਿਤ ਮਰਿਆਦਾ ਸਾਧ ਸੰਗਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਮਰਿਆਦਾ ਹੈ। ਤਕਰੀਬਨ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਮਰਿਆਦਾ ਨੂੰ ਲਾਗੂ ਕਰਨ ਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਵੀ ਹੈ, ਪਰ ਹਾਂ ਉਹ ਗੱਲ ਵੱਖਰੀ ਹੈ, ਸਾਧ ਸੰਗਤ ਵੀ ਕੁਝ ਲੋਕ ਜਿਹੜੇ ਆ ਸਿੱਖ ਰਹਿਤ ਮਰਿਆਦਾ ਦੀ ਵਿਚਾਰਧਾਰਾ ਨੂੰ ਫੋਲੋ ਨਹੀਂ ਕਰਦੇ, ਇਸ ਮਰਿਆਦਾ ਤੋਂ ਬਾਗੀ ਆ। ਸੋ ਖੈਰ ਆਪਾਂ ਉੱਧਰ ਨਹੀਂ ਜਾਣਾ, ਅੱਜ ਆਪਾਂ ਜੋ ਵੀ ਸਿੱਖਣਾ ਵਾ, ਮੈਂ ਇਹ ਤੁਹਾਡੇ ਨਾਲ ਬੇਨਤੀ ਕਰ ਰਿਹਾ ਵੀ ਇਹ ਜੋ ਵਿਚਾਰ ਮੈਂ ਅੱਜ ਤੁਹਾਡੇ ਨਾਲ ਸਾਂਝੇ ਕਰਾਂਗਾ, ਇਹ ਵਿਚਾਰ ਸਾਧ ਸੰਗਤ ਮੇਰੇ ਕੋਲ ਪਰਸਨਲ ਵਿਚਾਰ ਨਹੀਂ ਆ, ਮੇਰੇ ਕੋਲ ਨਿੱਜੀ ਵਿਚਾਰ ਨਹੀਂ ਆ। ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਨੂੰ ਕਿਵੇਂ ਆਰੰਭ ਕਰਨਾ ਚਾਹੀਦਾ, ਉਹ ਸਾਰੀ ਦੀ ਸਾਰੀ ਜਾਣਕਾਰੀ ਇਸ ਸਿੱਖ ਰਹਿਤ ਮਰਿਆਦਾ ਦੀ ਪੁਸਤਕ ਦੇ ਵਿੱਚੋਂ ਪੜ੍ਹ ਕੇ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਅਸੀਂ ਦੇਖਾਂਗੇ ਵੀ ਸਿੱਖ ਰਹਿਤ ਮਰਿਆਦਾ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਸਾਨੂੰ ਕਿਵੇਂ ਰੱਖਣਾ ਚਾਹੀਦਾ ਹੈ, ਇਹਦੇ ਬਾਰੇ ਕੀ ਵਿਧੀ ਦੱਸੀ ਹੋਈ ਆ। ਅਸੀਂ ਸਿੱਖ ਰਹਿਤ ਮਰਿਆਦਾ ਦੀ ਇਸ ਕਿਤਾਬ ਨੂੰ ਆਪਾਂ ਖੋਲ੍ਹਦੇ ਹਾਂ, ਤੁਸੀਂ ਦੇਖ ਸਕਦੇ ਹੋ ਵੀ ਇਸ ਮਰਿਆਦਾ ਦੇ 17 ਨੰਬਰ ਪੇਜ ਦੇ ਉੱਪਰ ਸਾਧ ਸੰਗਤ ਇਹ ਸਾਫ ਸਾਫ ਅੱਖਰਾਂ ਦੇ ਵਿੱਚ ਦੱਸਿਆ ਹੋਇਆ ਵਾ, ਸਧਾਰਨ ਪਾਠ, ਸਧਾਰਨ ਪਾਠ ਤੋਂ ਭਾਵ ਆ ਜੀ ਸਹਿਜ ਪਾਠ, ਵੀ ਸਹਿਜ ਪਾਠ ਸਧਾਰਨ ਪਾਠ ਸਾਨੂੰ ਕਿਵੇਂ ਆਰੰਭ ਕਰਨਾ ਚਾਹੀਦਾ, ਤੋ ਸੁਣੋ ਧਿਆਨ ਦੇ ਨਾਲ। ਸਤਿ ਸੰਗਤ ਇਹਦੇ ਵਿੱਚ ਲਿਖਿਆ ਹੋਇਆ ਵਾ ਵੀ ਸਧਾਰਨ ਪਾਠ ਦੇ ਆਰੰਭ ਵੇਲੇ, ਸਧਾਰਨ ਪਾਠ ਤੋਂ ਭਾਵ ਆ ਸਹਿਜ ਪਾਠ ਦੇ ਆਰੰਭ ਵੇਲੇ, ਕੜਾਹ ਪ੍ਰਸ਼ਾਦ ਲਿਆ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਨ ਮਗਰੋਂ ਹੁਕਮਨਾਮਾ ਲਿਆ ਜਾਵੇ। ਕਹਿਣ ਤੋਂ ਭਾਵ ਜਿਸ ਕਿਸੇ ਵੀ ਵਿਅਕਤੀ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਆਰੰਭ ਕਰਨਾ ਹੈ, ਉਹਦੇ ਵਾਸਤੇ ਕੀ ਵਿਧੀ ਆ, ਵੀ ਤੁਸੀਂ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਜੋ ਹੈ ਉਹ ਪਾਵਨ ਬਾਣੀ ਦਾ ਸਹਿਜ ਪਾਠ ਕਰ ਸਕਦੇ ਹੋ। ਕਈ ਸਿੱਖ ਸੰਗਤਾਂ ਐਸੀਆਂ ਹਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਹੈ। ਜਿਹੜੀਆਂ ਸਿੱਖ ਸੰਗਤਾਂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਹੋਇਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਪਾਵਨ ਬਾਣੀ ਦਾ ਸਹਿਜ ਪਾਠ ਕਰ ਸਕਦੀਆਂ ਵਾ। ਅਤੇ ਸਤਸੰਗ ਜਿਵੇਂ ਮੈਂ ਪਹਿਲਾਂ ਇਸ ਸਿੱਖ ਰਹਿਤ ਮਰਿਆਦਾ ਦੀ ਕਾਪੀ ਵਿੱਚੋਂ ਤੁਹਾਨੂੰ ਪੜ੍ਹ ਕੇ ਦੱਸਿਆ ਵਾ ਵੀ ਜਿਸ ਕਿਸੇ ਵਿਅਕਤੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਪ੍ਰੰਭ ਕਰਨਾ ਹੋਵੇ, ਧਿਆਨ ਨਾਲ ਸੁਣਿਓ ਜੀ, ਧਿਆਨ ਨਾਲ, ਜਿਹਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਆਰੰਭ ਕਰਨਾ ਹੋਵੇ ਉਹ ਕੰਮ ਕਰੇ। ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੇ। ਸਭ ਤੋਂ ਪਹਿਲਾਂ ਕੀ ਕਰੇ ਜੀ? ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੇ। ਦੇਖੋ ਕੜਾਹ ਪ੍ਰਸ਼ਾਦ ਦੀ ਦੇਗ ਕਿੰਨੀ ਕੁ ਤਿਆਰ ਕਰਨੀ, ਕਿੰਨੀ ਕੁਆਂਟਿਟੀ ਵਿੱਚ ਤਿਆਰ ਕਰਨੀ, ਇਹ ਤੁਹਾਡੀ ਇੱਛਾ ਵਾ। ਤੁਸੀਂ ਅੱਧ ਕੁ ਪਾਈਆ ਵੀ ਤਿਆਰ ਕਰ ਸਕਦੇ ਹੋ, ਤੁਸੀਂ ਪਾਈਆ ਕੁ ਵੀ ਤਿਆਰ ਕਰ ਸਕਦੇ ਹੋ, ਤੁਸੀਂ ਅੱਧਾ ਕਿਲੋ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਸਕਦੇ ਹੋ। ਪਰ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਵੀ ਅੱਧ ਕੁ ਪਾਈਆ ਦੀ ਥੋੜ੍ਹੀ ਜਿਹੀ ਜਿਹੜੀ ਦੇਗ ਹੈ ਉਹ ਤੁਸੀਂ ਤਿਆਰ ਕਰ ਲਿਓ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਉਪਰੰਤ ਜਿਹੜੀਆਂ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਸਹਿਜ ਪਾਠ ਪ੍ਰੰਭ ਕਰਨਾ ਹੈ ਉਹ ਇੱਕ ਕੰਮ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚਣ, ਗੁਰਦੁਆਰਾ ਸਾਹਿਬ ਦੇ ਵਿੱਚ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੋਗੇ ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਗੇ ਰੱਖ ਦਿਓ। ਉਹਦੇ ਤੋਂ ਉਪਰੰਤ ਆਪ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਜਾਓ। ਗੜ ਦੇ ਵਿੱਚ ਸਾਧ ਸੰਗਤ ਮੈਂ ਬੇਨਤੀ ਕਰਾਂਗਾ, ਸੁਜੈਸਟ ਕਰਾਂਗਾ ਤੁਹਾਨੂੰ ਇੱਕ ਹਜ਼ੂਰੀਆ ਜ਼ਰੂਰ ਰੱਖਿਓ, ਜਿਹਨੂੰ ਆਪਾਂ ਪਰਨਾ ਵੀ ਕਹਿੰਦੇ ਹਾਂ ਗੱਲ ਦਾ, ਉਹ ਪਰਨਾ ਆਪਣੇ ਗੱਲ 'ਚ ਜ਼ਰੂਰ ਰੱਖਿਓ। ਜਾਂ ਫਿਰ ਸਾਧ ਸੰਗਤ ਤੁਸੀਂ ਆਪਣੇ ਪਾਸ ਇੱਕ ਸਾਫ਼ ਸੁਥਰਾ ਜਿਹੜਾ ਰੁਮਾਲ ਹੈ ਉਹ ਜ਼ਰੂਰ ਰੱਖਿਓ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਵਾ ਨਾ ਵੀ ਅਸੀਂ ਮਹਾਰਾਜ ਜੀ ਦੀ ਬਾਣੀ ਪਾ ਰਹੇ ਹੁੰਦੇ ਹਾਂ, ਪਾਣੀ ਪੜ੍ਹਦਿਆਂ ਪੜ੍ਹਦਿਆਂ ਸਾਨੂੰ ਅਚਾਨਕ ਖੰਘ ਆ ਜਾਂਦੀ ਆ, ਜਾਂ ਫਿਰ ਸਾਨੂੰ ਅਚਾਨਕ ਛਿੱਕ ਆ ਜਾਂਦੀ ਹੈ। ਅਤੇ ਜੇਕਰ ਸਾਧ ਸੰਗਤ ਹੁਣ ਸਾਨੂੰ ਖੰਘ ਹੁੰਦੀ ਆ ਜਾਂ ਫਿਰ ਅਚਨਚੇਤ ਛਿੱਕ ਆ ਜਾਂਦੀ ਆ, ਜੇ ਆਪਾਂ ਮੁੱਖ ਉੱਪਰ ਰੁਮਾਲ ਰੱਖ ਕੇ ਨਹੀਂ ਛਿੱਕਾਂਗੇ, ਨਹੀਂ ਖੰਘਾਂਗੇ ਮੁੱਖ ਵਾਲੀ ਸਾਧ ਸੰਗਤ, ਫਿਰ ਜਿਹੜੀ ਗੰਦਗੀ ਆ, ਗੰਦਾ ਥੁੱਕ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗਾਂ ਦੇ ਉੱਪਰ, ਪਾਵਨ ਪੰਨਿਆਂ ਉੱਪਰ ਸਾਧ ਸੰਗਤ ਪਏਗਾ। ਸੋ ਇਹ ਜਿਹੜਾ ਵਾ ਇਹ ਗੱਲ ਚੰਗੀ ਨਹੀਂ ਆ। ਸੋ ਸਾਨੂੰ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠ ਕੇ ਥੋੜ੍ਹੀ ਸੁਚਮਤਾ ਦਾ ਵੀ ਖਿਆਲ ਰੱਖਣਾ ਚਾਹੀਦਾ। ਇਸ ਵਾਸਤੇ ਸਾਧ ਸੰਗਤ ਮੈਂ ਸੁਜੈਸਟ ਕਰ ਰਿਹਾ ਵੀ ਗੱਲ ਵਿੱਚ ਜੋ ਹੈ ਤੁਸੀਂ ਹਜ਼ੂਰੀਆ ਜ਼ਰੂਰ ਰੱਖਿਓ, ਪਰਨਾ ਜ਼ਰੂਰ ਰੱਖਿਓ, ਜਾਂ ਫਿਰ ਤੁਸੀਂ ਵੱਡਾ ਸਾਫ਼ ਸੁਥਰਾ ਰੁਮਾਲ ਜ਼ਰੂਰ ਆਪਣੇ ਪਾਸ ਰੱਖਿਓ। ਫਿਰ ਕੰਮ ਕੀ ਕਰਨਾ ਵਾ ਜੀ? ਮਹਾਰਾਜ ਜੀ ਦੀ ਤਾਬਿਆਂ ਬੈਠ ਕੇ ਤੁਸੀਂ 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਵਾ। 6 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ, ਦੇਖੋ ਆਨੰਦ ਸਾਹਿਬ ਦੀ ਬਾਣੀ 40 ਪੌੜੀਆਂ ਦੇ ਵਿੱਚ ਹੈ ਜੀ, 40 ਸ਼ਬਦ ਹੁੰਦੇ ਆਨੰਦ ਸਾਹਿਬ ਦੀ ਬਾਣੀ ਦੇ। ਪਰ ਜਦੋਂ ਅਸੀਂ ਸਹਿਜ ਪਾਠ ਪ੍ਰੰਭ ਕਰਨਾ ਵਾ ਫਿਰ ਸਾਨੂੰ 6 ਪੌੜੀਆਂ ਦਾ ਹੀ ਕੇਵਲ ਪਾਠ ਕਰਨ ਦੀ ਜ਼ਰੂਰਤ ਆ। ਆਨੰਦ ਸਾਹਿਬ ਦੀ ਬਾਣੀ ਦੀਆਂ ਪਹਿਲੀਆਂ 5 ਪੌੜੀਆਂ ਅਤੇ ਅਖੀਰਲੀ ਜਿਹੜੀ ਪੌੜੀ ਹੈ ਉਹ 6 ਪੌੜੀਆਂ ਕੁੱਲ ਮਿਲਾ ਕੇ ਬਣ ਜਾਂਦੀਆਂ ਵਾ। 6 ਪੌੜੀਆਂ ਦਾ ਅਸੀਂ ਪਾਠ ਕਰਨਾ ਵਾ। ਪਾਠ ਕਰਨ ਉਪਰੰਤ ਫਤਿਹ ਬੁਲਾ ਕੇ ਮਹਾਰਾਜ ਜੀ ਦੇ ਹਜ਼ੂਰ ਖੜ੍ਹ ਕੇ ਫਿਰ ਅਰਦਾਸ ਕਰਨੀ ਆ। ਸਾਧ ਸੰਗਤ ਅਰਦਾਸ ਚੇਤਾ ਰੱਖਿਓ, ਵੱਡੀ ਅਰਦਾਸ ਕਰਨੀ ਆ, ਛੋਟੀ ਅਰਦਾਸ ਨਹੀਂ ਕਰਨੀ, ਵੱਡੀ ਅਰਦਾਸ ਕਰਨੀ ਆ। ਜੇ ਤੁਹਾਨੂੰ ਜ਼ੁਬਾਨੀ ਕੰਠ ਨਹੀਂ ਅਰਦਾਸ ਤਾਂ ਤੁਸੀਂ ਸਾਧ ਸੰਗਤ ਆਮ ਨਿਤਨੇਮ ਸਾਹਿਬ ਦੇ ਗੁਟਕਿਆਂ ਦੇ ਵਿੱਚ ਜਿਹੜੀ ਆ ਅਰਦਾਸ ਲਿਖੀ ਹੋਈ ਸਾਨੂੰ ਮਿਲ ਜਾਂਦੀ ਆ, ਤੁਸੀਂ ਉਸ ਗੁਟਕੇ ਸਾਹਿਬ ਤੋਂ ਦੇਖ ਕੇ ਵੀ ਅਰਦਾਸ ਕਰ ਸਕਦੇ ਹੋ। ਹਾਂ, ਜਿੱਥੇ ਸਾਧ ਸੰਗਤ ਅਰਦਾਸ ਦੇ ਅਖੀਰ ਦੇ ਵਿੱਚ ਇਹ ਸ਼ਬਦ ਹੁੰਦੇ ਆ ਵੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਨ, ਉੱਥੇ ਅਰਦਾਸ ਵਿੱਚ ਅਸੀਂ ਇਹ ਸ਼ਬਦ ਵੀ ਐਡ ਕਰ ਸਕਦੇ ਹਾਂ। ਮੈਂ ਤੁਹਾਨੂੰ ਦੱਸਦਾ ਵਾਂ ਉੱਥੇ ਅਰਦਾਸ ਵਿੱਚ ਇਹ ਸ਼ਬਦ ਆਪਾਂ ਐਡ ਕਰ ਸਕਦੇ ਹਾਂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ,
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਹੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀਓ, ਆਪ ਜੀਆਂ ਦੇ ਹਜ਼ੂਰ ਅਰਦਾਸ ਰਜੋਈ ਬੇਨਤੀ ਹੈ। ਹੇ ਵਾਹਿਗੁਰੂ ਜੀ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਦੀ ਕਿਰਪਾ ਦੇ ਨਾਲ ਦਾਸ ਨੇ ਅੱਜ ਆਪ ਜੀਆਂ ਦੀ ਪਾਵਨ ਬਾਣੀ ਦਾ ਸਹਿਜ ਪਾਠ ਪ੍ਰੰਭ ਕਰਨਾ ਹੈ। ਸਤਿਗੁਰੂ ਜੀ, ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਦਾਸ ਦੇ ਸਿਰ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੋ, ਦਾਸ ਨੂੰ ਸਮਤ ਬੁੱਧੀ ਬਖਸ਼ਿਸ਼ ਕਰੋ, ਸ਼ਰਧਾ ਭਾਵਨਾ ਹਿੰਮਤ ਬਖਸ਼ਿਸ਼ ਕਰੋ, ਤਾਂ ਜੋ ਆਪ ਜੀ ਦੀ ਬਖਸ਼ਿਸ਼ ਕੀਤੀ ਮਤ ਦੇ ਸਦਕਾ ਦਾਸ ਆਪ ਜੀ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰ ਸਕੇ, ਆਪ ਜੀਆਂ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰ ਸਕੇ, ਆਪਣੇ ਹਿਰਦੇ ਵਿੱਚ ਆਪ ਜੀ ਦੀ ਪਾਵਨ ਬਾਣੀ ਨੂੰ ਵਸਾ ਸਕੇ। ਸੋ ਸਾਧ ਸੰਗਤ, ਤੁਸੀਂ ਆਪਣੀ ਅਰਦਾਸ ਵਿੱਚ ਜਿਹੜੇ ਆ ਇਹ ਸ਼ਬਦ ਵੀ ਐਡ ਕਰ ਸਕਦੇ ਹੋ, ਸਹਿਜ ਪਾਠ ਦੀ ਆਰੰਭਤਾ ਦੀ ਇਸ ਢੰਗ ਨਾਲ ਸਾਧ ਸੰਗਤ ਤੁਸੀਂ ਅਰਦਾਸ ਕਰ ਸਕਦੇ ਹੋ। ਅਰਦਾਸ ਕਰਨ ਉਪਰੰਤ ਸਾਧ ਸੰਗਤ ਫਿਰ ਤੁਸੀਂ ਮਹਾਰਾਜ ਜੀ ਦੀ ਤਾਬਿਆਂ ਬੈਠ ਕੇ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਹੁਕਮਨਾਮਾ ਲੈਣਾ ਹੈ। ਹੁਣ ਹੁਕਮਨਾਮਾ ਅਸੀਂ ਕਿਵੇਂ ਲੈਣਾ? ਜਿਹੜੀਆਂ ਸਿੱਖ ਸੰਗਤਾਂ ਨੂੰ ਹੁਕਮਨਾਮਾ ਲੈਣ ਦੀ ਜਾਚ ਆ, ਬਹੁਤ ਚੰਗੀ ਗੱਲ ਆ। ਜਿਹੜੀਆਂ ਸਿੱਖ ਸੰਗਤਾਂ ਨੂੰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੁਕਮਨਾਮਾ ਨਹੀਂ ਲੈਣਾ ਹੁੰਦਾ, ਤਾਂ ਮੈਂ ਬੇਨਤੀ ਕਰਾਂਗਾ ਇਸ ਪ੍ਰੋਗਰਾਮ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਦੇਖਣਾ ਨਾ ਫਿਰ ਤੁਸੀਂ ਭੁੱਲਿਓ। ਮੈਂ ਵਿਸ਼ੇਸ਼ ਕਰਕੇ ਸਾਧ ਸੰਗਤ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੁਕਮਨਾਮਾ ਕਿਵੇਂ ਲੈਣਾ ਚਾਹੀਦਾ ਇਹਦੇ ਉੱਪਰ ਇੱਕ ਵਿਸ਼ੇਸ਼ ਕਰਕੇ ਪ੍ਰੋਗਰਾਮ ਜਿਹੜਾ ਵਾ ਉਹ ਸਿੱਖ ਸੰਗਤਾਂ ਦੇ ਸਨਮੁੱਖ ਰੱਖਿਆ ਸੀ। ਜਿਹੜੀਆਂ ਸਿੱਖ ਸੰਗਤਾਂ ਨੇ ਹਾਲੇ ਤੀਕ ਉਹ ਪ੍ਰੋਗਰਾਮ ਨਹੀਂ ਦੇਖਿਆ ਉਹ ਵੀ ਜ਼ਰੂਰ ਦੇਖ। ਉਸ ਪ੍ਰੋਗਰਾਮ ਵਿੱਚ ਸਾਧ ਸੰਗਤ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਆ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੁਕਮਨਾਮਾ ਕਿਵੇਂ ਲੈਣਾ ਚਾਹੀਦਾ ਹੈ। ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਹੁਕਮਨਾਮਾ ਲੈਣ ਉਪਰੰਤ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਜਪਜੀ ਸਾਹਿਬ 'ਤੇ ਲੈ ਕੇ ਆਉਣਾ ਵਾ। ਜਦੋਂ ਜਪਜੀ ਸਾਹਿਬ 'ਤੇ ਪਾਠ ਆ ਗਿਆ, ਆਰੰਭਤਾ ਵਿੱਚ ਪਾਠ ਆ ਗਿਆ, ਹੁਣ ਫਿਰ ਸਾਧ ਸੰਗਤ ਸਤਨਾਮ ਵਾਹਿਗੁਰੂ ਕਹਿ ਕੇ ਤੁਸੀਂ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਜਿਹੜਾ ਪਾਠ ਆ ਉਹ ਪ੍ਰੰਭ ਕਰ ਦਿਓ, ਇੱਕ ਓਅੰਕਾਰ ਤੋਂ ਪਾਠ ਪ੍ਰੰਭ ਕਰ ਦਿਓ। ਜੇਕਰ ਤੁਹਾਡੇ ਕੋਲ ਬਹੁਤ ਵਕਤ ਹੈ ਫਿਰ ਤੁਸੀਂ ਕੋਸ਼ਿਸ਼ ਕਰਿਓ ਵੀ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਸੰਪੂਰਨ ਪਾਠ ਕਰਿਓ, ਅਤੇ ਜੇ ਤੁਹਾਡੇ ਕੋਲ ਵਕਤ ਨਹੀਂ ਆ ਫਿਰ ਤੁਸੀਂ ਇੰਝ ਕਰਨਾ ਵੀ ਜਪਜੀ ਸਾਹਿਬ ਦੀ ਪਾਵਨ ਬਾਣੀ ਦੀਆਂ ਪਹਿਲੀਆਂ ਪੰਜ ਪੌੜੀਆਂ ਦਾ ਪਾਠ ਕਰਨਾ ਵਾ, ਪਹਿਲੀਆਂ ਪੰਜ ਪੌੜੀਆਂ ਦਾ ਪਾਠ ਕਰਨਾ ਵਾ। ਪੰਜ ਪੌੜੀਆਂ ਦਾ ਪਾਠ ਕਰਕੇ ਫਤਿਹ ਬੁਲਾ ਕੇ ਫਿਰ ਤੁਸੀਂ ਕੜਾ ਪ੍ਰਸ਼ਾਦੀ ਦੇਗ ਨੂੰ ਕਿਰਪਾਨ ਭੇਟ ਕਰਨਾ ਵਾ। ਕੜਾ ਪ੍ਰਸ਼ਾਦੀ ਦੇਗ ਦੇ ਵਿੱਚੋਂ ਪੰਜ ਪਿਆਰਿਆਂ ਦਾ ਗਫਾ ਕੱਢ ਕੇ ਅਤੇ ਫਿਰ ਸਤ ਸੰਗਤ ਉਹ ਜਿਹੜਾ ਪ੍ਰਸ਼ਾਦ ਉਹ ਸੰਗਤ ਵਿੱਚ ਵਰਤਾ ਦੇਣਾ। ਇਸ ਢੰਗ ਤਰੀਕੇ ਨਾਲ ਜਿਹੜਾ ਵਾ ਸਹਿਜ ਪਾਠ ਅਸੀਂ ਸਤ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰੰਭ ਕਰ ਸਕਦੇ ਹਾਂ। ਪਰ ਸਤ ਸੰਗਤ ਅਖੀਰ ਵਿੱਚ ਇੱਕ ਬੇਨਤੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਵੀ ਜਿਹੜੀਆਂ ਵੀ ਸਿੱਖ ਸੰਗਤਾਂ ਸਤ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰਦੀਆਂ ਵਾ, ਉਹਨਾਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ, ਭਾਈ ਸਹਿਜ ਪਾਠ ਜਦੋਂ ਵੀ ਕਰਨਾ ਵਾ ਬੜੇ ਆਰਾਮ ਦੇ ਨਾਲ ਬੜੇ ਪਿਆਰ 'ਚ ਭਿੱਜ ਕੇ ਸਤ ਸੰਗਤ ਤੁਸੀਂ ਕਰਨਾ, ਤਾਂ ਚਾਹੇ ਤੁਸੀਂ ਅੱਧਾ ਘੰਟਾ ਮਹਾਰਾਜ ਦੀ ਬਾਣੀ ਦਾ ਪਾਠ ਕਰੋ, ਚਾਹੇ ਤੁਸੀਂ 15 ਮਿੰਟ ਕਰੋ, ਚਾਹੇ ਘੰਟਾ ਕਰੋ, ਜਿੰਨਾ ਵੀ ਸਮਾਂ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠ ਕੇ ਤੁਸੀਂ ਸਹਿਜ ਪਾਠ ਕਰਨਾ ਵਾ ਬੜੇ ਆਰਾਮ ਨਾਲ ਬੜੇ ਪਿਆਰ 'ਚ ਭਿੱਜ ਕੇ ਕਰੋ। ਚਾਹੇ ਦਿਹਾੜੀ ਵਿੱਚ ਇੱਕ ਦਿਨ ਵਿੱਚ ਤੁਸੀਂ ਇੱਕ ਅੰਗ ਹੀ ਕਰੋ, ਇੱਕ ਪੰਨਾ ਹੀ ਕਰੋ ਮਹਾਰਾਜ ਜੀ ਦੀ ਬਾਣੀ ਦਾ, ਉਹ ਵੀ ਕਾਫੀ ਆ। ਪਰ ਜਿੰਨੀ ਵੀ ਬਾਣੀ ਪੜ੍ਹਨੀ ਆ ਸਤ ਸੰਗਤ ਨੂੰ ਸਮਝਣਾ ਵਾ, ਸਮਝ ਕੇ ਉਸ ਪਾਵਨ ਬਾਣੀ ਦੇ ਅਰਥਾਂ ਨੂੰ ਹਿਰਦੇ 'ਚ ਵਸਾਉਣਾ, ਉਹਦੇ ਅਨੁਸਾਰ ਜੀਵਨ ਨੂੰ ਵੀ ਢਾਲਣ ਦਾ ਯਤਨ ਕਰਨਾ ਕੋਸ਼ਿਸ਼ ਕਰਨਾ ਹੀ ਆ। ਕਿਤੇ ਐਸਾ ਨਾ ਹੋਵੇ ਸਤ ਸੰਗਤ ਵੀ ਤੁਸੀਂ ਕਾਹਲੀ ਕਰੋ। ਦੇਖੋ ਸਹਿਜ ਪਾਠ ਅਸੀਂ ਸਧਾਰਨ ਪਾਠ ਅਸੀਂ ਇਸ ਵਾਸਤੇ ਰਖਾਉਂਦੇ ਹਾਂ ਤਾਂ ਜੋ ਅਸੀਂ ਕਾਹਲੀ ਨਾ ਕਰ ਸਕੀਏ।
ਦੇਖੋ ਇੱਥੇ ਕਾਹਲੀ ਕਰਨ ਦੀ ਲੋੜ ਆਉਂਦੀ। ਇਹ ਨਹੀਂ ਜ਼ਰੂਰੀ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਭੋਗ ਪਾਉਣਾ ਵਾ ਜਾਂ ਫਿਰ 10-15-20 ਦਿਨਾਂ ਦੇ ਵਿੱਚ ਹੀ ਤੁਸੀਂ ਭੋਗ ਪਾਉਣਾ। ਤੁਸੀਂ ਜਿਹੜਾ ਵਾ ਆਰਾਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਮਹੀਨੇ ਵਿੱਚ ਵੀ ਭੋਗ ਪਾ ਸਕਦੇ ਹੋ, 2 ਮਹੀਨੇ 'ਚ ਵੀ ਭੋਗ ਪਾ ਸਕਦੇ ਹੋ, 3 ਮਹੀਨੇ 'ਚ, 6 ਮਹੀਨੇ 'ਚ ਵੀ ਭੋਗ ਪਾ ਸਕਦੇ ਹੋ। ਇਹ ਤੁਸੀਂ ਤੁਹਾਡੇ 'ਤੇ ਡਿਪੈਂਡ ਕਰਦਾ ਵਾ ਜੀ ਵੀ ਕਿੰਨੇ ਪਿਆਰ ਨਾਲ ਕਿੰਨੇ ਆਰਾਮ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਾਸਤੇ ਮਹਾਰਾਜ ਜੀ ਦੀ ਬਾਣੀ ਪੜ੍ਹ ਰਹੇ ਹੋ।